ਜਿਨ੍ਹਾਂ ਨੇ ਫਿਨਲੈਂਡ ਦੇ ਵਿੱਚ 2025 ਅਨਟੇਕ ਫਰਵਰੀ ਦੇ ਵਿੱਚ ਅਪਲਾਈ ਕਰਨਾ ਹੈ। 28 ਅਗਸਤ ਨੂੰ ਪੋਰਟਲ ਓਪਨ ਹੋਣਾ ਹੈ ਅਤੇ 11 ਸਪਤੰਬਰ ਇਸ ਦੀ ਜਿਹੜੀ ਹੈਗੀ ਹੈ ਡੈਡਲਾਈਨ। ਜਿਹੜਾ ਸਭ ਤੋਂ ਪਹਿਲਾ ਸਵਾਲ ਹੈ ਕਿ ਆਪਣੇ ਦਿਮਾਗ ਦੇ ਵਿੱਚ ਚੱਲਦਾ ਹੈ, ਜੇ ਏਜੰਟ ਕਹਿ ਦਿੰਦੇ ਜੀ ਇਸ ਯੂਨੀਵਰਸਿਟੀ 'ਚ ਅਪਲਾਈ ਕਰ ਦਿਉ, ਇਸ 'ਚ ਅਪਲਾਈ ਕਰ ਦਿਉ। ਸੋ ਸਿਰਫ ਫਰਵਰੀ ਅਨਟੇਕ ਦੇ ਵਿੱਚ 9 ਇੰਸਟੀਟਿਊਟ ਓਪਨ ਨੇ। ਇਸ ਇੰਸਟੀਟਿਊਟ ਤੋਂ ਇਲਾਵਾ ਹੋਰ ਕੋਈ ਵੀ ਇੰਸਟੀਟਿਊਟ ਓਪਨ ਨਹੀਂ ਜਿਨ੍ਹਾਂ ਨੇ ਜੁਆਇੰਟ ਐਪਲੀਕੇਸ਼ਨ ਦੇ ਵਿੱਚ ਅਪਲਾਈ ਕਰਨਾ, ਚਾਹੇ ਉਹ ਬੈਚਲਰ ਦੇ ਲਈ ਹੈ, ਚਾਹੇ ਉਹ ਮਾਸਟਰ ਦੇ ਲਈ ਹੈ। ਜੇ ਤੁਸੀਂ ਬੋਰ ਨਹੀਂ ਹੁੰਦੇ ਮੈਂ ਤੁਹਾਨੂੰ ਯੂਨੀਵਰਸਿਟੀਜ਼ ਦੇ ਨੇਮ ਦੱਸ ਦਿੰਦਾ, ਜਿਵੇਂ ਕਿ ਇੱਕ ਤਾਂ ਯੂਨੀਵਰਸਿਟੀਜ਼ ਹੈਗੀ ਹੈ ਹਾਗਾ ਹਿਲੀਆ, ਦੂਜੀ ਯੂਨੀਵਰਸਿਟੀ ਹੈਗੀ ਹੈ ਕਜ਼ਾਨੀ ਯੂਨੀਵਰਸਿਟੀ, ਤੀਜੀ ਯੂਨੀਵਰਸਿਟੀ ਹੈ ਕਰੇਲੀਆ ਯੂਨੀਵਰਸਿਟੀ, ਐਂਡ ਚੌਥੀ ਯੂਨੀਵਰਸਿਟੀ ਹੈਗੀ ਹੈ ਲੈਬ ਯੂਨੀਵਰਸਿਟੀ, ਐਂਡ ਪੰਜਵੀਂ ਯੂਨੀਵਰਸਿਟੀ ਹੈ ਲੋਰਾ ਯੂਨੀਵਰਸਿਟੀ ਐਂਡ ਮੈਟਰੋਪੋਲੀਆ ਯੂਨੀਵਰਸਿਟੀ ਐਂਡ ਸਾਊਥ ਈਸਟਰਨ ਫਿਨਲੈਂਡ ਐਂਡ ਤੁਰਕੂ ਯੂਨੀਵਰਸਿਟੀ, ਐਂਡ ਇਸ ਦੇ ਨਾਲ ਜਿਹੜੀ ਲਾਸਟ ਵਿੱਚ ਬਚਦੀ ਹੈ ਉਹ ਹੈਗੀ ਹੈ ਬਾਸਾ ਯੂਨੀਵਰਸਿਟੀ। ਸੋ ਇਹ ਸਿਰਫ ਆਪਣੇ ਕੋਲ 9 ਯੂਨੀਵਰਸਿਟੀਜ਼ ਓਪਨ ਹੈਗੀਆਂ ਜਿਨ੍ਹਾਂ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਫਰਵਰੀ ਅਨਟੇਕ ਦੇ ਲਈ। ਐਂਡ ਇਹਨਾਂ ਵਿੱਚੋਂ ਕੁਝ ਯੂਨੀਵਰਸਿਟੀਆਂ ਅਜਿਹੀਆਂ ਵੀ ਹੈਗੀਆਂ ਜਿਨ੍ਹਾਂ ਵਿੱਚ ਜਿਹੜਾ ਕੋਰਸ ਹੈ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਨਹੀਂ, ਉਹ ਫਿਨਿਸ਼ ਲੈਂਗੁਏਜ ਦੇ ਵਿੱਚ ਹੈ। ਵੈਸੇ ਮੈਂ ਹਮੇਸ਼ਾ ਜਾਂ ਹੁਣ ਸਾਰੀਆਂ ਯੂਨੀਵਰਸਿਟੀਆਂ ਦੇ ਨਾਮ ਦੱਸੇ ਹੈ ਉਹ ਸਾਰੇ ਕੋਰਸ ਇੰਗਲਿਸ਼ ਦੇ ਵਿੱਚ ਨੇ, ਬਟ ਫਿਰ ਵੀ ਮੇਰੇ ਜਿਵੇਂ ਮੈਟਰਾਪੋਲੀਆ ਦੇ ਵਿੱਚ ਇੱਕ ਦਾ ਕੋਰਸ ਹੈਗਾ ਉਹ ਇੰਗਲਿਸ਼ ਦੇ ਵਿੱਚ ਨਹੀਂ ਹੈਗਾ। ਹੁਣ ਇਹਦੇ ਨਾਲ ਜਿਨ੍ਹਾਂ ਨੇ ਅਪਲਾਈ ਕਰਨਾ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ, ਜਿਨ੍ਹਾਂ ਨੇ BBA ਅਪਲਾਈ ਕਰਨੀ ਹੈ, ਜਿਨ੍ਹਾਂ ਨੇ BBA ਅਪਲਾਈ ਕਰਨੀ ਹੈ BBA ਦੇ ਲਈ ਕਿਹੜੀ ਕਿਹੜੀ ਯੂਨੀਵਰਸਿਟੀ ਓਪਨ ਹੈ। ਇੱਕ ਤਾਂ ਹਾਗਾ ਹਿਲੀਆ ਯੂਨੀਵਰਸਿਟੀ ਓਪਨ ਹੈ ਜਿਹਦੀ ਫੀਸ 9500 ਯੂਰੋ ਆਊਗੀ। ਦੂਜੀ ਯੂਨੀਵਰਸਿਟੀ ਓਪਨ ਹੈ ਜ਼ੈਮਕ ਓਪਨ ਹੈ ਜਿਹਦੀ ਫੀਸ 10700 ਯੂਰੋ ਆਊਗੀ। ਐਂਡ ਤੀਜੀ ਯੂਨੀਵਰਸਿਟੀ ਹੈ ਕਰੇਲੀਆ ਯੂਨੀਵਰਸਿਟੀ ਜਿਹਦੀ 9000 ਟਿਊਸ਼ਨ ਫੀਸ ਆਊਗੀ। ਲੈਬ ਯੂਨੀਵਰਸਿਟੀ ਦੀ 8000 ਫੀਸ ਹੈ। ਐਂਡ ਬੈਂਕ ਦੀ ਫੀਸ ਜਿਹੜੀ ਹੈਗੀ ਹੈ ਉਹ 9500 ਯੂਰੋ ਫੀਸ ਆਊਗੀ। ਜਿਨ੍ਹਾਂ ਨੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਕਰਨਾ ਇਹ 5 ਯੂਨੀਵਰਸਿਟੀਜ਼ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਜਿਨ੍ਹਾਂ ਨੇ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ BBA ਕਰਨੀ ਹੈ, BBA ਦੇ ਨਾਲ ਬਿਜ਼ਨਸ ਇਨਫੋਰਮੇਸ਼ਨ ਜਿਹਨੇ ਟੈਕਨੋਲੋਜੀ ਜਿਵੇਂ ਕਹਿ ਦਿੰਦੇ ਕਿ ਕੰਪਿਊਟਰ ਦਾ ਨਾਲ ਅਟੈਚ ਕਰਨਾ ਕੋਰਸ, ਉਹਨਾਂ ਵਾਸਤੇ ਯੂਨੀਵਰਸਿਟੀਜ਼ ਓਪਨ ਓਨਲੀ ਹਾਗਾ ਹਿਲੀਆ ਜਿਹਦੀ ਫੀਸ 9500 ਯੂਰੋ ਹੈ। ਲੈਬ ਯੂਨੀਵਰਸਿਟੀ ਓਪਨ ਹੈ ਜਿਹਦੇ ਵਿੱਚ 8000 ਟਿਊਸ਼ਨ ਫੀਸ ਹੈ। ਜਿਨ੍ਹਾਂ ਨੇ ਬੈਚਲਰ ਆਫ ਕਲਚਰ ਐਂਡ ਆਰਟਸ ਐਂਡ ਗੇਮ ਡਿਜ਼ਾਈਨ ਪਾਰਟ ਟਾਈਮ ਐਂਡ ਸਟੱਡੀਜ਼ ਕਰਨੀ ਹੈ ਉਹਨਾਂ ਵਾਸਤੇ ਯੂਨੀਵਰਸਿਟੀਜ਼ ਓਪਨ ਹੈ ਜ਼ੈਮਕ ਜਿਹਦੀ 10700 ਯੂਰੋ ਆਪਣੀ ਟਿਊਸ਼ਨ ਫੀਸ। ਬੈਚਲਰ ਆਫ ਇੰਜੀਨੀਅਰਿੰਗ ਮਕੈਨੀਕਲ ਇੰਡਸਟਰੀਜ਼ ਦੇ ਲਈ ਕਰੇਲੀਆ ਯੂਨੀਵਰਸਿਟੀਜ਼ ਓਪਨ ਹੈ ਜਿਹਦੀ ਫੀਸ 9000 ਯੂਰੋ ਫੀਸ ਹੈ। ਬੈਚਲਰ ਆਫ ਇੰਜੀਨੀਅਰਿੰਗ ਇਲੈਕਟ੍ਰੀਕਲ ਆਟੋਮੇਸ਼ਨ ਇੰਜੀਨੀਅਰਿੰਗ ਦੇ ਲਈ ਇਹ ਕੋਰਸ ਆਪਣਾ ਫਿਨਿਸ਼ ਲੈਂਗੁਏਜ ਦੇ ਵਿੱਚ ਹੈ ਜਿਹੜਾ ਕਿ ਮੈਟਰੋਪੋਲੀਆ ਯੂਨੀਵਰਸਿਟੀ ਦੇ ਵਿੱਚ ਹੈ।
ਬੈਚਲਰ ਆਫ ਇੰਜੀਨੀਅਰਿੰਗ ਐਂਡ ਐਨਰਜੀ ਟੈਕਨੋਲੋਜੀ ਬੈਂਪ ਯੂਨੀਵਰਸਿਟੀ ਦੇ ਵਿੱਚ ਇਹ ਕੋਰਸ ਓਪਨ ਹੈ। ਬੈਚਲਰ ਆਫ ਇੰਜੀਨੀਅਰਿੰਗ ਇਨਫੋਰਮੇਸ਼ਨ ਟੈਕਨੋਲੋਜੀ ਬੈਚਲਰ ਆਫ ਇੰਜੀਨੀਅਰਿੰਗ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਇਹ ਕੋਰਸ ਵੀ ਆਪਣਾ ਜ਼ੈਂਪ ਦੇ ਵਿੱਚ 10,700 ਫੀਸ ਆਊਗੀ ਇਹਦੀ। ਬੈਚਲਰ ਆਫ ਇੰਜੀਨੀਅਰਿੰਗ ਇਨਫੋਰਮੇਸ਼ਨ ਟੈਕਨੋਲੋਜੀ ਇਹ ਬੈਂਕ ਦੇ ਵਿੱਚ ਓਪਨ ਹੈ, ਜਿਹਦੀ ਫੀਸ 9500 ਯੂਰੋ ਫੀਸ ਆਊਗੀ। ਹੈਲਥ ਕੇਅਰ ਐਂਡ ਨਰਸਿੰਗ ਦੇ ਰਿਲੇਟਡ ਬੈਚਲਰ ਦੇ ਕੋਰਸ ਹੈਗੇ ਹੈ ਮੈਟਰੋਪੋਲੀਆ ਦੇ ਵਿੱਚ 11,000 ਦੀ ਫੀਸ ਆਊਗੀ। ਬੈਚਲਰ ਆਫ ਹੈਲਥ ਕੇਅਰ ਰਜਿਸਟਰਡ ਨਰਸ ਦੀ ਫੀਸ ਜਿਹੜੀ ਹੈਗੀ ਹੈ 11,000 ਮੈਟਰੋਪੋਲੀਆ ਯੂਨੀਵਰਸਿਟੀ ਹੈ। ਬੈਚਲਰ ਆਫ ਹੋਸਪਿਟੈਲਿਟੀ ਮੈਨੇਜਮੈਂਟ ਲੌਰੀਆ ਯੂਨੀਵਰਸਿਟੀ ਹੈ, 8,000 ਫੀਸ ਹੈ ਇਹਦੀ। ਬੈਚਲਰ ਆਫ ਹੋਸਪਿਟੈਲਿਟੀ ਮੈਨੇਜਮੈਂਟ ਇਸਦੇ ਨਾਲ ਐਡ ਕਰੋ ਟੂਰਿਜ਼ਮ, ਇਸ ਦੀ ਜਿਹੜੀ ਯੂਨੀਵਰਸਿਟੀ ਹੈ ਉਹ ਹੈ ਕਜ਼ਾਨੀ ਯੂਨੀਵਰਸਿਟੀ ਆਫ ਅਪਲਾਈਡ ਸਾਇੰਸ, ਇਹਦੀ ਫੀਸ ਵੀ ਨੀਅਰ ਅਬਾਊਟ 8,000 to 9,000 ਯੂਰੋ ਆਊਗੀ। ਯੂਰੋਪੀਅਨ ਜੁਆਇੰਟ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਿਹੜਾ ਮਾਸਟਰ ਦਾ ਕੋਰਸ ਹੈ ਇਹ ਹਾਗਾ ਹਿਲੀਆ ਦੇ ਵਿੱਚ ਹੈ, ਜਿਹਦੀ ਫੀਸ 10,500 ਯੂਰੋ ਆਊਗੀ। ਮਾਸਟਰ ਦਾ ਦੂਜਾ ਕੋਰਸ ਬਿਜ਼ਨਸ ਐਡਮਿਨਿਸਟ੍ਰੇਸ਼ਨ ਪਲੱਸ ਬਿਜ਼ਨਸ ਮੈਨੇਜਮੈਂਟ ਜਿਹੜੀ ਕਿ ਤੁਰਕੂ ਯੂਨੀਵਰਸਿਟੀ ਦੇ ਵਿੱਚ ਹੈ, ਜਿਹਦੀ ਕਿ 11,700 ਯੂਰੋ ਫੀਸ ਆਊਗੀ। ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਪਲੱਸ ਬਿਜ਼ਨਸ ਟੈਕਨੋਲੋਜੀ ਇਹਦੀ ਫੀਸ ਆਊਗੀ 10,500 ਜਿਹੜੀ ਕਿ ਹਾਗਾ ਹੀਲੀਆ ਦੇ ਵਿੱਚ ਹੈ। ਐਂਡ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਡੀ ਪੀ ਇਨ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਬੈਂਕ ਦੇ ਵਿੱਚ ਆ, ਜਿਹਦੀ ਕਿ 10,500 ਯੂਰੋ ਫੀਸ ਆਊਗੀ। ਮਾਸਟਰ ਦਾ ਕੋਰਸ ਅਗਲਾ ਆਉਂਦਾ ਹੈ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਜ਼ੈਂਪਕ ਦੀ 13,500 ਯੂਰੋ ਫੀਸ ਹੈ। ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਇਹਦੇ ਨਾਲ ਲੀਡਿੰਗ ਬਿਜ਼ਨਸ ਐਂਡ ਟਰਾਂਸਫੋਰਮੇਸ਼ਨ ਇਹ ਹੈਗਾ ਹਾਗਾ ਹਿਲੀਆ, 10,500 ਯੂਰੋ ਫੀਸ ਆਊਗੀ। ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਸੇਲਸ ਮੈਨੇਜਮੈਂਟ ਤੁਰਕੂ ਯੂਨੀਵਰਸਿਟੀ ਦੇ ਵਿੱਚ 700-500 ਯੂਰੋ ਇਸਦੀ ਫੀਸ ਆਊਗੀ। ਜਿਹੜੇ ਮਾਸਟਰ ਦੇ ਕੋਰਸ ਬਾਕੀ ਰਹਿ ਗਏ ਉਹ ਮਾਸਟਰ ਆਫ ਇੰਜੀਨੀਅਰਿੰਗ ਇੰਡਸਟਰੀ ਇੰਡਸਟਰੀਅਲ ਮੈਨੇਜਮੈਂਟ ਜਿਹੜੀ ਕਿ ਮੈਟਰੋਪੋਲੀ ਯੂਨੀਵਰਸਿਟੀ ਹੈ, ਇਹਦੀ ਫੀਸ 11,500 ਹੈ। ਮਾਸਟਰ ਆਫ ਇੰਜੀਨੀਅਰਿੰਗ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਕਿ ਕਲਾਊਡ ਬੇਸਡ ਸੋਫਟਵੇਅਰ ਇੰਜੀਨੀਅਰਿੰਗ ਹੈ, ਬੈਂਕ ਦੀ ਯੂਨੀਵਰਸਿਟੀ ਹੈ, 10,500 ਫੀਸ ਆਊਗੀ। ਐਂਡ ਮਾਸਟਰ ਆਫ ਇੰਜੀਨੀਅਰਿੰਗ ਐਂਡ ਪ੍ਰੋਜੈਕਟ ਮੈਨੇਜਮੈਂਟ ਇਹ ਵੀ ਬੈਂਕ ਦੇ ਵਿੱਚ ਹੈ, 10,500 ਫੀਸ ਆਊਗੀ। ਮਾਸਟਰ ਆਫ ਇੰਜੀਨੀਅਰਿੰਗ ਐਂਡ ਸੇਲਸ ਮੈਨੇਜਮੈਂਟ ਇਹਦੀ ਫੀਸ ਤੁਰਕੂ ਯੂਨੀਵਰਸਿਟੀ ਹੈ, 11,500 ਫੀਸ ਆਊਗੀ। ਐਂਡ ਮਾਸਟਰ ਆਫ ਹੋਸਪਿਟੈਲਿਟੀ ਮੈਨੇਜਮੈਂਟ ਐਂਡ ਟੂਰਿਜ਼ਮ ਹੋਸਪਿਟੈਲਿਟੀ ਬਿਜ਼ਨਸ ਹਾਗਾ ਹੀਲੀਆ ਦੇ ਵਿੱਚ ਹੈ, ਜਿਹਦੀ ਕਿ 10,500 ਫੀਸ ਆਊਗੀ। ਐਂਡ ਹੈਲਥ ਦੇ ਰਿਲੇਟਡ ਬੈਂਕ ਯੂਨੀਵਰਸਿਟੀ ਦੇ ਵਿੱਚ ਐਂਡ ਬੈਚਲਰ ਆਫ ਹੈਲਥ ਕੇਅਰ ਪਬਲਿਕ ਹੈਲਥ ਨਰਸ ਦੀ ਫੀਸ ਆਪਣੀ 8,000 ਯੂਰੋ ਫੀਸ ਆਊਗੀ। ਇਹ ਸਾਰੇ ਕੋਰਸ ਦੇ ਨੇਮ, ਯੂਨੀਵਰਸਿਟੀ ਦੇ ਨੇਮ ਤੁਹਾਨੂੰ ਦੱਸਿਆ। ਅਗਲੀ ਵੀਡੀਓ ਦੇ ਵਿੱਚ ਕਿਹੜੀ ਕਿਹੜੀ ਯੂਨੀਵਰਸਿਟੀ ਦੇ ਵਿੱਚ ਕਿਹੜੇ ਕਿਹੜੇ ਕੋਰਸ ਹੈ ਆਪਾਂ ਆਰਾਮ ਨਾਲ ਵੀਡੀਓ ਬਣਾਵਾਂਗੇ। ਥੈਂਕ ਯੂ ਸੋ ਮੱਚ।